हेलो, सलाम अलैकुम जी। वालेकुम सलाम जी। सज्जाद साहब गल कर रहे हो? हाँ जी, सज्जाद साहब राणा इजाज गल कर रहे हैं। अच्छा करो जी, भाई जान फैसलाबाद गल कर रहे हैं। करी जाओ जनाब, करो भाई जान। गल यह के एक कफन सवाना है जी। कफन? जी जी, तुसी दर्दियां दा काम करदे ना जी? हाँ जी, लेकिन मैं कफन कुफन नहीं सीना भाई। नहीं, ओ ए है जी, ओ मेरा बंदा है, ओ इथे इस टाइम ना दर्जी कोई नहीं नेड़े लभण डिया। असि असल च ना बैठे हैं बहुत दूर, एक फैक्टरी है। अच्छा जी, उच काम कर रहे हैं ते इथे एक फौतगी हो गई है। तो दोस्त जी उन्होंने तुहाडा नंबर तां कहिंदे जी दर्जियां दा काम करदे आ। ते उन्होंने मैनूं इह वी दस्सिया कि जिहड़े साडे बंदे फौत होए ने ना जी, ओ कद काट ते हैगे आ तुहाडे जिहड़े। ते तुसी इदां करो, ओ सी के ना ते जी पा के अच्छे तरीके नाल, हां हां, यार दोस्त नूं कहियो तस्वीर एक खिच के ना सानूं व्हाट्सएप करो, पहले देखिए कि वो साइज ठीक है। ते रूह लै लेना जरा नक्क ते। अच्छा जी, माशाल्लाह अल्लाह तुहाडी खैर जिंदगी करे। मैं सूट सीना, पेंट कोट सीना। कफन मैं भाजी कदी ना सीता ना, मैनूं तजरबा। दूसरी गल यह है, अगर तुहानूं मजबूरी है कि भी वाकई सवाना ही है, मैं सी देंगा। लेकिन अगो जिहड़ी तुसीं मैनूं हरकत दस रहे जे ना कि मैं पा के तुहानूं व्हाट्सएप तस्वीर करा, पसंद करावा। नहीं भाई ना, नक च रूम भी। हां जी, नक च रूम ही दवा। ते जिहड़ा मुश्कपूर पहन जरा ओ भी ला लवा। हां जी, ते भाजी फिर कबर च भी मैं ही पै जांगा। एवं इन्नी क तकलीफ वास्ते तुसीं अपने मुर्दे नूं अर्जी जे देनी, ते चल रह के जेड़ा पाए। नहीं पाए नूं तुसीं, बंदा आ जाएगा तुहाडे कोल लैण, ओह असीं उहनूं चाढ़ दिंदे इत्थों हुणे ही बस। ते ਤੁਸੀਂ ਠੀਕ ਹੈ ਨਾ, ਦਵਾ ਦਵ ਤਸਵੀਰ ਸਾਨੂੰ ਵਟਸਐਪ ਕਰੋ ਇੱਕ ਭੈਣ। ਨਹੀਂ ਭਾਜੀ, ਜਿਹੜਾ ਬੰਦਾ ਤੁਸੀਂ ਚਾੜਨਾ ਨਾ ਬੱਸ ਤੇ, ਹਾਂਜੀ, ਉਹਨੂੰ ਪਹੁੰਚ ਲੈਣ ਦਿਓ ਰਸਤੇ ਚ। ਉਹ ਵੀ ਨਾ ਐਕਸੀਡੈਂਟ ਨਾ ਮਾਰ ਜਾਏ, ਫਿਰ ਦੋ ਮੈਂ ਇਕੱਠੇ ਸੀ ਲਾਂਗਾ ਜੇ ਏਦਾਂ ਦਾ ਕੁਝ ਹੋ ਗਿਆ। ਭੈਣ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਦੇ ਅਸੀਂ ਪੈਸੇ ਦੇ ਦਿਆਂਗੇ। ਭਾਜੀ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ। ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਜੀ ਨੇ ਏਦਾਂ ਕਰੋ, ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 10,000 ਰੁਪਿਆ। ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦਿੰਦਾ ਨਾ। ਹਾਂਜੀ, ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। ਹਾਂ, ਪੈਟਰੋਲ ਦੇ ਪੈਸੇ ਤੇ ਸਾਡੇ ਕੋਲ ਲੈਣੇ ਆ। ਹਾਂਜੀ, ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਜਿਵੇਂ ਉਧਰੋਂ ਆਉਣਾ ਨਾ ਜੀ। ਹਾਂਜੀ, ਜਿਵੇਂ ਖੁੜਿਆ ਨਾਲ ਲੰਘ ਜਾਣਾ ਅੱਗੇ ਤੁਸੀਂ। ਹਾਂਜੀ, ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਭਾਜੀ ਰਸਤੇ ਦੇ ਵਿੱਚ ਪਤਾ ਕੀ, ਸਾਡੇ ਪੇਂਡੂ ਦੇ ਲੋਕ ਨੇ, ਹਾਂਜੀ, ਉਹ ਮੈਨੂੰ ਕਫਨ ਚ ਦੇਖ ਲੈਣਗੇ, ਖਾ ਪਾ ਲੈਣਗੇ, ਪਤਾ ਨੀ ਕਿਹਦੀ ਲਾਸ਼ ਖੁੱਲ ਗਈ। ਭੈਣ ਤੁਸੀਂ ਉੱਤੋਂ ਵਾਸਕਟ ਭਰ ਲੈਣਾ ਕਫਨ ਦੇ ਉੱਤੋਂ। ਹਾਂ, ਵੇਖਿਆ ਨਾ, ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਜੀ ਭੈਣ ਨੇ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਗਾਹਕ ਆ ਉੱਥੇ ਕਹਿ ਦਿਓ ਕਿ ਭਾਜੀ ਹੈ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨੀ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ। ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾਲ ਆ ਰਹੇ ਆ ਘਰ। ਤੇ ਪੱਕਾ ਕੀ ਹੈ ਫਰਜ਼? ਨਹੀਂ ਨਹੀਂ, ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ, ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ, ਤੁਹਾਡੇ ਘਰ 2 ਘੰਟੇ ਇੱਥੇ ਬਵਾਂਗੇ, ਤੇ ਰੋਟੀ ਰੂਟੀ ਕੋਈ ਚੰਗੀ ਜੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਤਾਬੇਦਾਰ ਭਰਾਵਾ ਕਿੰਨੇ ਬੰਦੇ ਨੇ ਆਉਣਾ? 4 ਬੰਦੇ ਨੇ। ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ, ਉਹਦੇ ਸਮੇਤ 4 ਬੰਦੇ। ਅੱਛਾ, 2-2 ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ, ਉਹਦੀਆਂ ਚੁੱਕੀਆਂ ਗਿਆ ਰਿਜ਼ਕ ਉਹਦਾ। ਅੱਛਾ, ਉਹਦੇ ਸਦੀਆਂ ਵੀ ਤੂੰ ਖਾਣੀ ਮਰੇ, ਜਿੱਦਾਂ ਤੈਨੂੰ ਪਿਆਰ ਆ, ਜਿਹੜੀ ਤੂੰ ਨਾਲ ਰੱਖੀ ਆ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈਦਾ ਹੁੰਦਾ, ਤੂੰ ਨਾਲ ਬੰਨ ਲਿਆ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਉਹ ਲਾਸ਼, ਉਹ ਤੈਨੂੰ ਮੈਂ ਤੈਨੂੰ ਦਫਾਓ ਕਿਤੇ, ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ। ਏਦਾਂ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਗਿਰਦੀ ਕਰਨ ਲਈ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਚਾਹੂਗਾ ਨਾ ਦੁਕਾਨ ਆਪਣੀ? ਨਹੀਂ, ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਘੰਟਾ ਕੁ ਹੋਇਆ। ਮੈਂ ਸਕਰਦੂ ਚਲਾ ਗਿਆ। ਬਸ ਭੈਣ ਜੀ ਨਾ ਲਵੋ ਇਹ ਲਾਸ਼, ਇਹ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ, ਮੇਰੇ ਕੋਲ ਲਾਸ਼ ਲੈ ਕੇ ਆਏ ਤੇ ਆ ਰਹੇ ਆ ਰਹੇ ਭੈਣ ਆ ਰਹੇ ਆਓ ਆਓ, ਦਫਾ ਆਵੋ, ਮੈਂ ਲੱਭਣਾ ਹੀ ਨਹੀਂ ਬੇਟੇ। ਮੈਂ ਦਰਦੀਆਂ ਦਾ ਕੰਮ ਹੀ ਨਹੀਂ ਕਰਦਾ, ਮੈਂ ਸਕੂਲ ਟੀਚਰ ਆ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ ਜੀ ਲਾਸ਼। ਬਸ ਭਾਈ ਨਾ ਆਏ, ਪਹੁੰਚੇ ਤੁਹਾਡੇ ਕੋਲ ਭਾਈ ਨਾ। ਓਏ ਮੇਰੇ ਵੱਲ ਆਈ, ਓਏ ਮੈਂ ਤੈਨੂੰ ਦੱਸਦਾ, ਮੈਂ ਤੇਰੇ ਮੁੱਕੀ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੇ ਤੈਨੂੰ, ਤੇ ਤੁਸੀਂ ਤਾਂ ਨਾ ਚੜਾ, ਤੁਹਾਡੀ ਲਾਸ਼ ਕੋਣ ਦੌੜਿਆ ਜਾਣਾ? ਲੀਰੋ ਲੀਰ ਕਰ ਦੇਣੀ ਆ ਕੁੱਤੇ ਨੇ, ਆਏ ਆਏ ਏਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ।
ਦੁੱਧ ਪੱਤੀ ਮੰਗਾ ਕੇ ਰੱਖ ਲੈਣਾ ਤੇਰਾ ਹਾਂਜੀ ਠੰਡ ਚ ਆਉਣਾ ਅਸੀਂ ਬੇਟੇ ਮੈਂ ਕੁੱਤ ਪੱਤੀ ਮੰਗਾ ਕੇ ਰੱਖਾਂਗਾ ਮੇਰੇ ਕੋਲ 36 ਸੈਂਟੀ ਕੁੱਤੇ ਨੇ ਮਾਰ ਤੂੰ ਆਹ ਲੈਸ ਲੈ ਕੇ ਤੂੰ ਮੇਰੇ ਪਿੰਡ ਤੂੰ ਇਹ ਤਾਂ ਮੇਰੇ ਇਲਾਕੇ ਚ ਵੜਨਾ ਵੇਖੀ ਤੇਰਾ ਹਾਲ ਕੀ ਹੁੰਦਾ ਤੁਸੀਂ ਲਾਲ ਪਾਣੀ ਬਿਸਕੁਟ ਮੰਗਾ ਲੈਣਾ ਸੁਪਰ ਦੇ ਥੋੜੀ ਚਿਪਸ ਨਾਲ ਕਢਾ ਲੈਣਾ ਤੇਰਾ ਗਰਮ ਗਰਮ ਓਏ ਓਏ ਫੋਨ ਬੰਦ ਕਰ ਦੇ ਓਏ ਗਰਮ ਗਰਮ ਚਿਪਸ ਮੈਂ ਆਪਣੀ ਘਰ ਵਾਲੀ ਚਿਪਸ ਤਾਂ ਲੰਮੇ ਪਾ ਕੇ ਪੁੱਟਣਾ ਤੈਨੂੰ ਚਿਪਸ ਕਢਾ ਲੈਣਾ ਲਾਸ਼ ਆ ਰਹੀ ਹੈ ਮਰੇ ਕਿ ਮਤਲਬ ਰਿਸ਼ਤਾ ਦੇਖਣ ਆ ਰਹੇ ਕਿ ਦਿਖਾਉਣ ਆ ਰਹੇ ਲਾਸ਼ ਵਾਸਤੇ ਮੈਂ ਚਿਪਸ ਮੰਗਾ ਲਵਾਂ ਲਾਸ਼ ਵਾਸਤੇ ਮੈਂ ਬਿਸਕੁਟ ਮੰਗਾ ਲਵਾਂ ਮੈਨੂੰ ਤਾਂ ਲੱਗਦਾ ਬੇਟੇ ਤੁਸੀਂ ਲਾਸ਼ ਜਾਣ ਕੇ ਇੱਥੇ ਤੋਂ ਕੋਲ ਰੱਖੀ ਲੋਕਾਂ ਦੇ ਘਰੋਂ ਖਾਣ ਪੀਣ ਜਿੱਦਣ ਮਰਜ਼ੀ ਲਾਸ਼ ਚੁੱਕ ਕੇ ਲੈ ਜਾਂਦੇ ਰਵੈਣ ਪਾ ਕੇ ਉਹ ਤਾਂ 800-900 ਦਿਹਾੜੀ ਲਾ ਕੇ ਵਾਪਸ ਆ ਜਾਂਦੇ ਜੀ ਇਹ ਲਾਸ਼ ਨੂੰ ਵੀ ਮੇਰਾ ਹੱਥ ਚਾਰ ਚਪੇੜਾਂ ਪੈਣੀਆਂ ਨੇ ਉੱਟ ਪੈਣਾ ਆਏ ਭੈਣ ਆਏ 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 ਬਸ ਤੁਸੀਂ ਨਾ ਇੱਥੇ ਹੀ ਰਹਿਣਾ ਤੇ ਆਏ ਕੋਲੇ ਮੰਗਾ ਲੈਣਾ ਅੱਧਾ ਕਿਲੋ ਤੇਰਾ ਜੀ ਜੀ ਕੋਲੇ ਕੋਲੇ ਸੇਕਾਂਗੇ ਰਾਤ ਨੂੰ ਮੈਂ ਕੋਲੇ ਕੋਲੇ ਕਰਕੇ ਨਾ ਕੋਲੇ ਮਾਰਨੇ ਮੂੰਹ ਤੇ ਸਮਝ ਆਈ ਤੈਨੂੰ ਨੰਬਰ ਦਿੱਤਾ ਕਿੰਨੇ ਮੇਰਾ ਓਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੇ ਪੁੱਤਰ ਗੱਲ ਹੈਗੀ ਨਾ ਸੱਚੀ ਮੁੱਚੀ ਕੇ ਲਾਸ਼ ਆ ਤੇ ਸ਼ੁਗਲ ਨਾ ਕਰ ਇਹਨੂੰ ਦਫਨਾ ਨਹੀਂ ਨਹੀਂ ਭੈਣ ਆ ਰਹੇ ਲੈ ਕੇ ਤੁਹਾਡੇ ਕੋਲ ਆ ਰਹੇ ਭੈਣ ਓ ਯਾਰ ਮੇਰੇ ਕੋ ਤੁਸੀਂ ਕਿੱਦਾਂ ਲਾਸ਼ ਮੈਂ ਕੀ ਕਰਨੀ ਲਾਸ਼ ਨੂੰ ਭਾਈ ਤੁਸੀਂ ਹਾਲਾਤ ਦੇ ਕੇ ਦੱਸੇ ਯਾਰ ਚੈੱਕ ਕਰ ਲੈਣਾ ਨਾ ਸਿਆਣੇ ਅਸੀਂ ਚੈੱਕ ਕਰ ਲੈਣਾ ਜਿਹੜਾ ਮਰ ਗਿਆ ਕਿਹੜਾ ਮੋਟਰਸਾਈਕਲ ਡਿੱਗੀ ਪਈ ਕਿਤੇ ਸਟਾਰਟ ਨਹੀਂ ਹੁੰਦੀ ਵੀ ਜਿਹੜਾ ਮੈਂ ਪਲੱਗ ਬਦਲ ਕੇ ਇਹਨੂੰ ਮੈਂ ਦੁਬਾਰਾ ਸਟਾਰਟ ਕਰ ਲੈਣਾ ਅੱਲਾ ਮਾਫੀ ਦੇ ਕਿੱਦਾਂ ਦੀਆਂ ਮਨਹੂਸ ਗੱਲਾਂ ਕਰ ਲਿਆ ਮਨਹੂਸ ਮੂੰਹ ਵਾਲਿਆ ਕਿੱਥੋਂ ਤੂੰ ਮੈਨੂੰ ਫੋਨ ਕਰ ਲਿਆ ਖਬਰਦਾਰ ਦੁਬਾਰਾ ਮੈਨੂੰ ਫੋਨ ਕੀਤਾ ਮੈਨੂੰ ਕਿਸੇ ਹੋਰ ਕੰਮ ਕਰਨ ਦੇ ਤੂੰ ਜਾ ਕੇ ਹੋਰ ਦਰਜੀ ਲੱਭ ਬਸ ਆਏ ਭੈਣ ਆਏ ਇਨਸ਼ਾਅੱਲਾ 2-2.5 ਘੰਟੇ ਸਾਡੇ ਕੋਲ ਬਈ ਸਹੀ ਕਿਸੇ ਢੀਂਡ ਖਾਨਦਾਨ ਦਾ ਬੱਚਾ ਮੈਂ ਤੂੰ ਇਹ ਪੁਲ ਉੱਤਰ ਦੇ ਭੈਣ ਖੱਬੇ ਹੱਥ ਨਾ ਆ ਪੁਲ ਦੇ ਦਹੀਂ ਭੱਲੇ ਵਾਲਾ ਹੁੰਦਾ ਦਹੀਂ ਭੱਲੇ ਵਾਲਾ ਜਿੱਥੇ ਪੁਲ ਦੇ ਬਿਲਕੁਲ ਦਰਮਿਆਨ ਚੋਂ ਖੱਬੇ ਹੱਥ ਉੱਤਰ ਜਾਣਾ ਥੱਲੇ ਇਨਸ਼ਾਅੱਲਾ ਤੁਸੀਂ ਇੱਕ ਲੈ ਕੇ ਆਉਣੀ ਹੈ ਫਿਰ ਬੰਦਿਆਂ ਨੇ ਚਾਰ ਵਾਪਸ ਭੇਜਣੀਆਂ ਤੁਹਾਡੇ ਪਿੰਡ ਇੱਕ ਨਾ ਇੱਕ ਫ੍ਰੀ ਹੁੰਦੀ ਆ ਉਹਨਾਂ ਨੂੰ ਇੱਕ ਨਾ 3 ਫ੍ਰੀ ਮਿਲਣੀਆਂ ਤੁਹਾਡੇ ਪਿੰਡ ਵਾਲੇ ਨੂੰ ਟੈਨਸ਼ਨ ਨਾ ਲੈ ਤੂੰ ਆਏ ਭੈਣ ਆਏ ਇਨਸ਼ਾਅੱਲਾ ਆਏ ਆਏ ਭੈਣ ਆਜੋ ਇਹਨੂੰ ਘਰ ਹੀ ਛੱਡ ਕੇ ਆਉਣਾ ਨਹੀਂ 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 ਲਾਸ਼ ਨੂੰ ਘਰ ਛੱਡ ਆਉਣਾ ਪਿੱਛੇ ਘਰ ਵੀ ਕੋਈ ਹੋਣਾ ਚਾਹੀਦਾ ਭਾਜੀ ਚੋਰੀ ਚੋਰੀ ਹੋ ਜਾਏ ਕੋਈ ਬੰਦਾ ਆਵੇ ਚਲੋ ਅੱਖਾਂ ਬੰਦ ਹੋਣੀਆਂ ਉਹਨੂੰ ਇਹ ਲੱਗੂਗਾ ਵੀ ਪਤਾ ਨੀ ਸੁੱਤਾ ਬੰਦਾ ਯਾਰ ਚਲੋ ਉਹ ਘਰ ਦੀ ਰਖਵਾਲੀ ਵਾਸਤੇ ਵੀ ਹੋਣਾ ਚਾਹੀਦਾ ਇਹਨੂੰ ਛੱਡ ਆਉਣਾ ਤੁਸੀਂ ਆ ਜਾਣਾ ਮੈਂ ਤੁਹਾਡੇ ਚੋਂ ਇੱਕ ਦੀ ਲਾਸ਼ ਕਰ ਲਾਂਗਾ ਜੀ ਬਸ ਪਹੁੰਚੇ ਭੈਣ ਪਹੁੰਚੇ ਇਨਸ਼ਾਅੱਲਾ ਪਹੁੰਚੋ ਮੈਂ ਨੀ ਅੱਗੇ ਪਹੁੰਚਣ ਲੱਗਾ ਕਿਤੇ ਆਏ ਭੈਣ ਆਏ ਭੈਣ ਆਜੋ 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 ਸਾਬਾ ਸਾਜੋ ਪੁੱਤ ਆਜੋ